ਹੈਗਾ ਕੋਈ ਭੂਆ ਹੀ ਹੈ ਹੈਗੇ ਭੂਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੁੱਤਰ ਪੂਰਾ ਚੱਕੋ ਪੂਰਾ ਜਾਓ ਥੱਲੇ ਸਤਿ ਸ੍ਰੀ ਅਕਾਲ ਤੇ ਵੱਡੇ ਵੱਡੇ ਗੇਟ ਲਾਏ ਨੇ ਹਾਥੀ ਕੱਢਣਾ ਤੁਸੀਂ ਇੱਥੋਂ ਇੱਕ ਸਵਾਗਤ ਕਰੋ ਉੱਤੋਂ ਗੱਲਾਂ ਸੁਣੋ ਭੂਆ ਜੀ ਮੈਂ ਕਰੇ ਸਭ ਗਲਾਸਾਂ ਦਾ ਰਿਵਾਜ ਨਹੀਂ ਹੈ ਤੁਹਾਡੇ ਘਰ ਕਿ ਆ ਕੀ ਟੰਗਿਆ ਭੂਆ ਇਹਨੂੰ ਬਲਬ ਕਹਿੰਦੇ ਆ ਅੱਛਾ ਭੂਆ ਦੇ ਗੋਡੇ ਬੋਲ ਗਏ ਨੇ ਪੁੱਤਰ ਕੀ ਬੋਲ ਰਹੇ ਨੇ ਬੋਲਦੇ ਨੇ ਕਿ ਬੱਚੇ ਇੱਜ਼ਤ ਨਹੀਂ ਕਰਦੇ ਕੀ ਵੇਖਿਆ ਨਹੀਂ ਭੂਆ ਸਾਰੇ ਘਰ ਨੂੰ ਕਦੀ ਵੇਖਿਆ ਨਹੀਂ ਆ ਅੱਖਰ ਇੱਡੀ ਵੱਡੀ ਵੱਡੀ ਕਰ ਲਈ ਆ ਕਿਰਲੀ ਆਂਗੀਆਂ ਇਹ ਕਿਰਲੀ ਨਹੀਂ ਆ ਕੀ ਆ ਫਿਰ ਵਾਹ ਚਿੜੀ ਆ ਆਜ਼ਾਦ ਕਰੋ ਪੁੱਤਰ ਇਹਨੂੰ ਠੀਕ ਆ ਬਾਹਰੋਂ ਆਇਆ ਜ਼ਿਆਦਾ ਨਹੀਂ ਗੋਰਾ ਹੋ ਗਿਆ ਰੰਗ ਬੜਾ ਸਾਫ਼ ਲੱਗਣ ਦਾ ਠੰਡ ਕਰਕੇ ਅੱਖਾਂ 'ਚ ਵੱਜੀ ਜਾਂਦਾ ਆਪਦੀ ਮਾਂ ਨੂੰ ਮੈਂ ਦੱਸੀ ਠੀਕ ਹੈ ਨਾ ਉਹ ਰਹਿੰਦ ਕੋਟ ਕੇ ਨਹੀਂ ਨਹੀਂ ਉਹ ਆਵੇਂ ਤੁਰੰਤ ਤੂੰ ਗੋਡੇ ਪਵਾਏਂਗਾ ਨਾ ਮੇਰੇ ਹਾਂ ਵਾੜੇ ਨੂੰ ਫਿਰ ਮੈਂ ਮੰਮੀ ਮੈਨੂੰ ਕੋ ਦੱਸਿਆ ਜਾਣਾ ਬੋਲ ਵਾਹਿਗੁਰੂ ਵਾਹਿਗੁਰੂ ਯਾਦ ਰੱਖੀ ਹੂ ਆਈ ਸੀ ਚੱਲ ਜਾ ਹੁਣ ਵਗ ਜਾ